ਫਾਂਸੀ ਲੱਗਣ ਵਾਲੇ ਪੁੱਤਰ ਦੀ ਅੰਤਮ ਮੁਲਾਕਾਤ ਤੇ ਜਾਣ ਲੱਗੀ। ਭਗਤ ਸਿੰਘ ਦੀ ਮਾਤਾ ਆਸੋ ਨੇ ਅਫਸੋਸ ਕਰ ਆਈਆਂ ਪਿੰਡ ਦੀਆਂ ਦਰਦਮੰਦ ਸਵਾਣੀਆਂ ਨੂੰ। ਧੀਰਜ, ਹੌਸਲੇ ਤੇ ਫਖਰ ਦੇ ਜੋ ਲਫ਼ਜ਼ ਕਹੇ ਕਰਨੈਲ ਸਿੰਘ ਪਾਰਸ ਰਾਮੂ ਵਾਲੀਆ ਦੇ ਢਾਡੀ ਜੱਥੇ, ਚਮਕੌਰ ਸਿੰਘ ਸੇਖੋਂ ਭੋਤਲੇ, ਕਰਤਾਰ ਸਿੰਘ ਸਿੱਧੂ ਮੰਡੀ ਕਲਾਂ ਤੇ ਰਛਪਾਲ ਸਿੰਘ ਰਾਮੂ ਵਾਲੀਆ ਤੋਂ ਇੰਜ ਸ਼ਰਵਣ ਕਰੋ। ਪੁੱਤਰ ਨੂੰ ਵੀ